ਤਸਵੀਰਾਂ ਨਾਭਾ ਦੀ ਦਾਣਾ ਮੰਡੀ ਦੀਆਂ ਨੇ ਜਿੱਥੇ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ। ਦਰਅਸਲ ਇੱਕ ਟਰੱਕ ਦੇ ਵੱਲੋਂ ਇੱਕ ਬਜ਼ੁਰਗ ਮਾਤਾ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ। ਮਜ਼ਦੂਰਾਂ ਨੇ ਕੰਮ ਨੂੰ ਠੱਪ ਕਰਕੇ ਇੱਥੇ ਧਰਨਾ ਲਗਾ ਦਿੱਤਾ। ਦੱਸਦੇ ਕਿ 58 ਸਾਲ ਦੀ ਬਜ਼ੁਰਗ ਮਾਤਾ ਇਸ ਮੰਡੀ ਦੇ ਵਿੱਚ ਮਜ਼ਦੂਰੀ ਕਰਦੀ ਸੀ। ਜਿਉਂ ਹੀ ਸਵੇਰ ਵੇਲੇ ਦਾਣਾ ਮੰਡੀ ਪਹੁੰਚੀ ਤਾਂ ਇੱਕ ਟਰੱਕ ਦੇ ਵੱਲੋਂ, ਜਿਸ ਦੇ ਵਿੱਚ ਕਣਕ ਦੀਆਂ ਬੋਰੀਆਂ ਭਰੀਆਂ ਹੋਈਆਂ ਸੀ, ਉਸ ਟਰੱਕ ਦੇ ਵੱਲੋਂ ਇਸ ਬਜ਼ੁਰਗ ਮਹਿਲਾ ਨੂੰ ਕੁਚਲਿਆ ਗਿਆ। ਮੌਕੇ 'ਤੇ ਹੀ ਇਸਦੀ ਜਾਨ ਚਲੀ ਗਈ। ਜਗਿੰਦਰੋ ਦੇਵੀ ਇਸ ਬਜ਼ੁਰਗ ਦਾ ਨਾਮ ਸੀ, ਜਿਸ ਦੀ ਉਮਰ 58 ਸਾਲ ਦੀ ਸੀ। ਇਹ ਮਾਤਾ ਅਤੇ ਇਸ ਦਾ ਪਤੀ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ, ਤਾਂ ਹੁਣ ਇੱਕ ਤਰੀਕੇ ਦੇ ਨਾਲ ਪਰਿਵਾਰ ਉੱਜੜ ਗਿਆ ਔਰ ਮੌਕੇ ਤੋਂ ਟਰੱਕ ਦਾ ਡਰਾਈਵਰ ਫਰਾਰ ਹੋ ਗਿਆ। ਪਰਿਵਾਰ ਦੇ ਵੱਲੋਂ ਦਾਣਾ ਮੰਡੀ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਗਈ। ਤਾਂ ਦੱਸਦੇ ਕਿ ਜਗਿੰਦਰੋ ਦੇਵੀ, ਜੋ ਕਿ ਦਾਣਾ ਮੰਡੀ ਦੇ ਵਿੱਚ ਮਜ਼ਦੂਰੀ ਕਰਦੀ ਸੀ, ਉਸ ਨੂੰ ਟਰੱਕ ਦੇ ਵੱਲੋਂ ਕੁਚਲਿਆ ਗਿਆ, ਥਾਂ ਹੀ ਉਸਦੀ ਮੌਤ ਹੋ ਗਈ। ਨਾਭਾ ਦੀ ਦਾਣਾ ਮੰਡੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਮਜ਼ਦੂਰਾਂ ਨੇ ਕੰਮ ਕਾਜ ਠੱਪ ਕਰਕੇ ਇਨਸਾਫ ਦੀ ਮੰਗ ਕੀਤੀ। ਹੁਣ ਆਇਆ ਜੀ ਜਿਹੜੀ ਰਸਤਾ, ਮੈਨੂੰ ਐਂ ਪਤਾ ਲੱਗਿਆ ਤੇਰੇ ਘਰ ਟਰੱਕ ਦੇ ਥੱਲੇ ਆਪਣੀ ਸਾਈਡ 'ਤੇ ਜਾਂਦੀ ਸੀਗੀ। ਠੀਕ ਜੀ, ਗਰੀਬ ਪਰਿਵਾਰ ਮੈਂ ਜੀ, ਅੱਜ ਮੇਰਾ ਜਮ ਪੁਰਾਣ ਹੋ ਗਿਆ ਜੀ। ਮੇਰੀ ਆਈ ਮੰਗ ਸੀਗੀ, ਮੈਂ ਕਲੂਣ ਵੱਧੋ ਵੱਧ ਕਰਨਾ ਜੀ, ਗੱਡੀ ਨਹੀਂ ਜਾਣ ਦੇਣੀ। ਹਾਂਜੀ, ਆਈ ਇਹਦਾ ਗੁਜ਼ਾਰਾ ਮੇਰਾ ਚੱਲਦਾ ਜੀ, ਮੇਰੀ ਅੱਖ ਖਰਾਬ ਸੀਗੀ, ਇਹ ਲਿਆਂਦੀ ਮੇਰਾ ਤਾਂ ਗੁਜ਼ਾਰਾ ਹੁੰਦਾ। ਇਹ ਵੀ ਆਪਾਂ ਹਜ ਸੀਗੇ? ਹਾਂਜੀ, ਅੰਗ ਨਹੀਂ ਗਈ ਅਫਸੋਸ ਤੇ ਬੜੀ ਦੁੱਖ ਦਿਖਾਈ ਗੱਲ ਵਾਪਰੀ ਹੈ। ਇੱਕ ਗਰੀਬ ਪਰਿਵਾਰ ਆਪਣੇ ਮੰਡੀ ਦੀ ਪਰਿਵਾਰ ਪਾਲਣ ਪੋਸ਼ਣ ਕਰਨ ਵਾਸਤੇ, ਆਪਣੇ ਪਰਿਵਾਰ ਸਮੇਤ ਪਾਲਣ ਪੋਸ਼ਣ ਕਰਨ ਵਾਸਤੇ ਦਾਣੇ ਹੁੰਜਣ ਵਾਸਤੇ ਆਉਂਦੇ ਸੀ। ਹਮੇਸ਼ਾ ਹੀ ਹਰ ਸਾਲ ਮੰਡੀ ਦਾ ਕੰਮ ਕਰਦੀ ਹੈ ਅਤੇ ਲੇਡੀਜ਼ ਅੰਗ ਹੀ ਨਹੀਂ ਹੈ। ਤਕਰੀਬਨ ਇਹਦੀ ਉਮਰ 50 ਸਾਲ ਉਮਰ ਹੈ। ਅੱਜ ਜਦੋਂ ਆਪਣੀ ਇੱਥੇ ਕਣਕ ਦੀ ਸਾਂਭ ਸੰਭਾਲ ਕਰ ਰਹੀ ਸੀ, ਟਰੱਕ ਦੀ ਨਲੈਕੀ ਕਰਕੇ ਜਿਹੜਾ ਡਰਾਈਵਰ ਸੀ, ਸ਼ਾਇਦ ਮੈਂ ਕਹਿ ਸਕਦਾ ਨਸ਼ੇ ਦੇ ਆਦਿ ਵੀ ਹੋ ਸਕਦੇ। ਤੈਨੂੰ ਪਤਾ ਰਾਤ ਦੇ ਦਿਨ ਰਾਤ ਸੀਜ਼ਨ ਚੱਲ ਰਿਹਾ, ਕਿਉਂਕਿ ਇਹਨਾਂ ਦਾ ਨਸ਼ੇ ਦੇ ਆਧਾਰ 'ਤੇ ਹੀ ਅੱਜ ਕੱਲ੍ਹ ਕੰਮ ਚੱਲ ਰਿਹਾ। ਜਿਹੜਾ ਟਰੱਕ ਵਾਲੇ ਦੀ ਨਲੈਕੀ ਹੈ, ਉਹ ਆਪਣੀ ਉਸ ਮਾਤਾ ਇੱਕ ਪਾਸੇ ਜਦੋਂ ਕੰਮ ਕਰ ਰਹੀ ਉਹਦੇ ਉੱਪਰ ਬਿਨਾਂ ਦੇਖੇ ਟਰੱਕ ਚੜ੍ਹਾ ਦਿੱਤਾ। ਮੈਂ ਕਹਿੰਦਾ ਸੀ ਬਹੁਤ ਅਫਸੋਸ ਦੀ ਗੱਲ ਹੈ। ਜੇ ਗੱਲ ਉਸ ਤੋਂ ਹੋ ਵੀ ਗਈ ਸੀ, ਉਹਨੂੰ ਭੱਜਣ ਦੀ ਲੋੜ ਨਹੀਂ ਸੀ। ਉਹ ਡਾਕਟਰੀ ਟ੍ਰੀਟਮੈਂਟ ਵਾਸਤੇ, ਉਹਦੀ ਮਦਦ ਵਾਸਤੇ ਕਿੱਥੇ ਨਾ ਕਿੱਥੇ ਹੈਲਪ ਕਰਦਾ ਸਕਦਾ। ਲੇਡੀ ਦਾ ਨਾਂ ਕੀ ਆ ਜੀ ਅਤੇ ਕਿੰਨੀ ਕੁ ਉਮਰ ਹੈ ਉਹਦੀ? ਲੇਡੀ ਦੀ ਜਗਿੰਦਰੋ ਦੇਵੀ, ਜਗਿੰਦਰੋ ਦੇਵੀ ਵੈਫ ਆਫ ਜੀਰਾ ਰਾਮ, ਲਾਹੌਰਾਂ ਗੇਟ ਮਹੱਲਾ ਦਿਆਲ ਨਗਰ ਵਾਰਡ ਨੰਬਰ 1 ਦੀ ਰਹਿਣ ਵਾਲੀ ਹੈ। ਬਹੁਤ ਹੀ ਗਰੀਬ ਪਰਿਵਾਰ, ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ
ਤੇ ਨਾਭਾ ਪ੍ਰਸ਼ਾਸਨ ਤੋਂ ਇਹਨਾਂ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ। ਗੱਡੀ ਭਰੀ ਹੋਈ ਸੀਗੀ? ਹਾਂਜੀ ਹਾਂਜੀ, ਹਾਂ ਗੱਡੀ ਭਰੀ ਹੋਈ ਹੈ। ਇਹ ਸਾਰੀ ਪਿੱਛੇ ਵੀ ਨਲੈਕੀ, ਮੈਂ ਕਹਿ ਸਕਦਾ ਡਰਾਈਵਰ ਦੀ ਬਹੁਤ ਵੱਡੀ ਨਲੈਕੀ ਹੈ, ਕਿਉਂਕਿ ਜਿਹੜੀ ਪਿੱਛੋਂ ਵੀ ਆਈ ਹੈ ਗੱਡੀ ਪੂਰੀ ਰਫਤਾਰ ਨਾਲ ਆਇਆ, ਨਾ ਕਿ ਬੋਰੀਆਂ ਪਾੜਦਾ ਹੋਇਆ। ਸਾਰੇ ਲੋਕ ਦੱਸ ਰਹੇ ਆ, ਉਹਨਾਂ ਦਾ ਲੇਡੀਜ਼ ਦਾ ਇੱਕ ਸਾਈਡ 'ਤੇ ਹੋ ਕੇ ਕੰਮ ਕਰ ਰਹੀ ਸੀ, ਇਹਨੇ ਜਿਹੜੀ ਡਰਾਈਵਰ ਸੀ ਇਹਦੀ ਨਲੈਕੀ ਦਾ ਕਾਰਨ ਹੈ, ਕੋਈ ਜਾਣ ਬੁੱਝ ਕੇ ਨੇ ਸਾਰੀ ਜਿਹੜੀ ਘਟਨਾ ਵਾਪਰੀ ਹੈ। ਅਸੀਂ ਮੰਗ ਕਰਦੇ ਹਾਂ ਕਿ ਕਾਰਵਾਈ ਸਖ਼ਤ ਤੋਂ ਸਖ਼ਤ ਹੋ ਜਾਵੇ। ਇਹ ਜੀ, ਸਾਨੂੰ ਥਾਣੇ ਇਤਲਾਹ ਹੋਈ ਸੀ ਫੋਨ, ਇੱਕ ਟਰੱਕ ਨੇ ਔਰਤ ਨੂੰ ਥੱਲੇ ਦੇ ਕੇ ਮੰਡੀ 'ਚ, ਮੰਡੀ ਦੇ ਵਿੱਚ, ਅਨਾਜ ਮੰਡੀ 'ਚ, ਹਾਂਜੀ, ਵੀ ਮਾਰ ਦਿੱਤਾ ਹੈਗਾ। ਵੀ ਅਸੀਂ ਮੌਕੇ 'ਤੇ ਪਹੁੰਚੇ ਹਾਂ ਜੀ, ਟਰੱਕ ਖੜ੍ਹਾ ਅਤੇ ਟਰੱਕ ਚਾਲਕ ਜਿਹੜਾ ਇੱਥੋਂ ਫਰਾਰ ਹੋ ਗਿਆ ਜੀ ਮੌਕੇ ਤੋਂ। ਲੇਡੀ ਕੀ ਕੰਮ ਕਰਦੀ ਸੀ? ਲੇਡੀ ਲੇਬਰੀ ਕਰਦੀ ਸੀ ਇੱਥੇ ਮੰਡੀ ਦੇ ਵਿੱਚ ਜੀ। ਗਲਤ ਕਿਸ ਨੂੰ ਬਣੇ ਤੁਸੀਂ ਆ ਕੇ ਦੇਖਿਆ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ? ਅਜੇ ਤੱਕ ਤਾਂ ਜਿਹੜਾ ਦੇਖਣ ਨੂੰ ਤਾਂ ਲੱਗ ਰਿਹਾ ਸੀ ਵੀ ਟਰੱਕ ਚਾਲਕ ਦੀ ਗਲਤੀ ਹੈਗੀ ਆ, ਵੀ ਟਾਇਰ ਦੇ ਥੱਲੇ ਆਈ ਆ ਔਰਤ। ਬਾਕੀ ਇਹਦੀ ਤਫਤੀਸ਼ ਕਰਾਂਗੇ ਜੀ, ਜੋ ਤਫਤੀਸ਼ ਹੋਏਗੀ ਪਰਿਵਾਰ ਵਾਲਿਆਂ ਦੇ ਬਿਆਨ ਲੈ ਕੇ ਉਹਦੇ ਖਿਲਾਫ਼ ਸਖ਼ਤ ਕਰੀ ਉਧਰ। ਸਾਡੇ ਅਫਸਰ ਸਾਹਿਬਾਨ ਵੀ ਆ ਰਹੇ ਨੇ ਮੌਕੇ 'ਤੇ, ਮੁੱਖ ਥਾਣਾ SH ਸਾਹਿਬ, ਅਤੇ ਬਾਕੀ ਜੋ ਪਰਿਵਾਰ ਵਾਲੇ ਕਹਿਣਗੇ ਜੀ ਉਹਨਾਂ ਦੇ ਮੁਤਾਬਕ ਕਾਰਵਾਈ ਕਰਾਂਗੇ।